ਟਾਂਡਾ ਵਿੱਚ ਇੱਕ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਖੁਦਕੁਸ਼ੀ ਤੋਂ ਪਹਿਲਾਂ ਕਿਸਾਨ ਨੇ ਆਪਣੀ ਇੱਕ ਵੀਡੀਓ ਬਣਾਈ ਜਿਸ ਵਿੱਚ ਉਸਨੇ ਆਪਣੀ ਦਰਦ ਭਰੀ ਦਾਸਤਾਨ ਦੱਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਨੇ ਆੜਤੀ ਦੇ ਕੋਲੋਂ ਕਰਜ਼ਾ ਲਿਆ ਸੀ ਜਿਸ ਨੂੰ ਉਸਨੇ ਵਾਪਸ ਵੀ ਕਰ ਦਿੱਤਾ, ਪਰ ਉਹ ਫਿਰ ਵੀ ਉਸਨੂੰ ਤੰਗ ਕਰਨ ਤੋਂ ਨਹੀਂ ਰੁਕ ਰਿਹਾ ਸੀ। ਇਸੇ ਕਾਰਨ ਉਸਨੇ ਖੌਫਨਾਕ ਕਦਮ ਦੱਸ ਚੁੱਕਿਆ। ਮਰਨ ਤੋਂ ਪਹਿਲਾਂ ਉਸਨੇ ਵਟਸਐਪ ਤੇ ਵੀਡੀਓ ਪਾਈ ਜਿਸ ਵਿੱਚ ਉਸਨੇ ਦੱਸਿਆ ਕਿ 3,25,000 ਦੇ ਕਰੀਬ ਉਸਨੇ ਕਰਜ਼ਾ ਲਿਆ ਸੀ ਅਤੇ ਸਾਰਾ ਕਰਜ਼ਾ ਉਸਨੇ ਵਾਪਸ ਵੀ ਕਰ ਦਿੱਤਾ ਸੀ। ਮ੍ਰਿਤਕ ਨੂੰ ਆੜਤੀ ਵੱਲੋਂ ਕਣਕ ਵੱਢਣ ਦੀ ਧਮਕੀ ਦਿੱਤੀ ਜਾ ਰਹੀ ਸੀ। ਮ੍ਰਿਤਕ ਵਿਆਹਤਾ ਸੀ ਅਤੇ ਉਸਦੇ ਦੋ ਬੱਚੇ ਨੇ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸਦੇ ਬੱਚਿਆਂ ਸਮੇਤ ਪਤਨੀ ਲਈ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਸੁਸਾਈਡ ਦਾ ਕਾਰਨ ਇਹ ਸੀ ਕਿ ਸਰ ਉਹਦੇ ਦਿਮਾਗ 'ਤੇ ਸਟ੍ਰੈੱਸ ਬਹੁਤ ਸੀ। ਸਟ੍ਰੈੱਸ ਜਿਹੜਾ ਸੀ ਉਹ ਆੜਤੀਆਂ ਜਿਹੜਾ ਮਾਸਟਰ ਮਹਿੰਗਾ ਸਿੰਘ ਬੇਗੋਵਾਲ ਨੂੰ ਵਾਰ ਵਾਰ ਫੋਨ ਲਾ ਕੇ ਤੰਗ ਕਰਦਾ ਸੀ, ਧਮਕੀਆਂ ਦਿੰਦਾ ਸੀ ਮੈਂ ਤੇਰੀ ਕਣਕ ਵੱਢ ਕੇ ਲੈ ਜਾਣੀ ਆ, ਅਤੇ ਉਹ ਇਹ ਚੀਜ਼ ਕਿਸੇ ਨੂੰ ਦੱਸ ਨਹੀਂ ਸਕਿਆ ਅਤੇ ਉਹਨੇ ਮੋਟਰ 'ਤੇ ਜਾ ਕੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਸੁਸਾਈਡ ਕਰ ਲਿਆ। ਅਤੇ ਅਸੀਂ ਬਹੁਤ ਦੁਖੀ ਹਾਂ ਜੀ, ਸਾਨੂੰ ਸਾਡੀ ਕੋਈ ਵੀ ਬਾਂਹ ਨਹੀਂ ਵੜ ਰਿਹਾ, ਅਸੀਂ ਬਹੁਤ ਦੁਖੀ ਹਾਂ। ਮੈਂ ਸਰਕਾਰ ਤੋਂ ਇਹ ਮੰਗ ਕਰਦਾ ਕਿ ਉਹਦੇ ਪਤਨੀ ਆ 24 ਸਾਲ ਉਹਦੀ ਉਮਰ ਸੀ, 2 ਬੱਚੇ ਆ, ਮੈਂ ਇਹੀ ਮੰਗ ਕਰਦਾ ਕਿ ਸਰਕਾਰ ਤੋਂ ਕਿ ਉਸ ਦੇ ਨਾਲ ਇਨਸਾਫ ਕੀਤਾ ਜਾਵੇ ਅਤੇ ਆੜਤੀਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ।